ਸਾਨੂੰ ਸਰਕਾਰ ਦੇ ਇਹ ਸ਼ਰੀਰਵਾਦ ਵਾਲਿਆਂ ਨੇ ਬਿਠਾਇਆ, ਲੋਕਾਂ ਨੂੰ ਕਹਾ, ਕਿੰਨੇ ਲੋਕਾਂ ਨੂੰ ਬਿਠਾਇਆ, ਦਿੱਲੀ ਦੇ ਸਰਕਾਰ ਦੇ ਇਹਨਾਂ ਨੇ ਬਿਠਾਇਆ। ਇੰਨਾ ਚਿਰ ਚਲੋ ਇਹਨਾਂ ਨੇ ਪ੍ਰਧਾਨਗੀ ਕਰ ਲਈ, ਕਿਹੜਾ ਛੱਡ ਦੇਣੀ ਚਾਹੀਦੀ ਹੈ, ਦੇਖ ਲੈਣ ਦੂਜਿਆਂ ਨੂੰ ਕਰਕੇ, ਇਹਨੂੰ ਸੁੱਖੀ ਤਾਂ ਨਹੀਂ ਵੀ ਮੈਂ ਹੀ ਕਰਨੀ ਸਾਰੀ ਉਮਰ। ਬਾਦਲ ਵੱਡਾ ਸੀ, ਉਹਦੇ ਵੀ ਬੋਲਣ ਦਾ ਫਰਕ ਸੀਗਾ, ਇਹਦਾ ਦਿਨ ਰਾਤ ਦਾ ਫਰਕ ਹੈ, ਇਹਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਮੂੰਹੋਂ ਕੀ ਕੱਢਣਾ। ਭਗਵੰਤ ਮਾਨ ਵਾਲਾ ਉਵੇਂ ਆਪ ਕਿਹੜਾ ਹੀ ਬਣਿਆ, ਲੈ ਕਿਤੇ ਗ੍ਰੰਥ 'ਚ ਗੱਲਾਂ ਕਰ ਲਾ ਉੱਥੋਂ ਕਰ ਦਿੰਦਾ, ਇਹਨੂੰ ਕੀ ਪਤਾ ਸੁੱਖੇ ਦਾ ਡੱਕਿਆ ਕਿੱਥੋਂ ਟੋਕਣੀ। ਸੂਕਾ ਤਾਂ ਪਹਿਲਾਂ ਭਾਜਪਾ ਜਾੜੇ, ਹੁਣ ਉਹਨੂੰ ਐਂ ਪਤਾ ਲੱਗ ਗਿਆ ਵੀ ਮੈਂ ਕਲੇਸ਼ ਪਿਆ, ਖਣੀ ਪ੍ਰਧਾਨਗੀ ਮੈਨੂੰ ਉਲਝੂ, ਫਿਰ ਇੱਧਰ ਆ ਗਿਆ ਭੱਜ ਕੇ। ਤੁਸੀਂ ਜੁੜੇ ਹੋ ਡੇਲੀ ਡੈਸਕ TV ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦਾ ਕਲੇਸ਼ ਦਿਨੋ ਦਿਨ ਵੱਧਦਾ ਜਾ ਰਿਹਾ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੀ ਪਾਰਟੀ ਕਿਹਾ ਜਾਂਦਾ ਸੀ। ਇਹ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੀ ਜੇਕਰ ਕੋਈ ਖੇਤਰੀ ਪਾਰਟੀ ਹੈ ਜਾਂ ਪੰਥ ਦੀ ਗੱਲ ਕਰਨ ਵਾਲੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ, ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਇਸ ਤਰੀਕੇ ਦੇ ਹੋ ਚੁੱਕੇ ਆ ਕਿ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੈ, ਇੱਕ ਪਾਸੇ ਚੰਦੂ ਮਾਜਰਾ, ਮਲੂਕਾ ਅਤੇ ਬੀਬੀ ਜਗੀਰ ਕੌਰ ਅਤੇ ਹੋਰ ਵੀ ਨਾਲ ਉਹਨਾਂ ਦੇ ਲੀਡਰ ਹੈ। ਇੱਥੋਂ ਤੱਕ ਹਾਲਾਤ ਹੋ ਗਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਆਪਣਾ ਉਮੀਦਵਾਰ ਜਲੰਧਰ ਜਿਮਨੀ ਚੋਣ ਦੇ ਵਿੱਚ ਉਤਾਰਿਆ ਸੀ ਉਹਦੇ ਤੋਂ ਟਿਕਟ ਵਾਪਸ ਲੈ ਲਈ ਅਤੇ ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ। ਇਹ ਹਾਲਾਤ ਕਿਉਂ ਬਣੇ, ਕੀ ਲੱਗਦਾ ਪੰਜਾਬ ਦੇ ਲੋਕਾਂ ਨੂੰ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਲਗਾਤਾਰ ਪਾਰਟੀ ਹਾਰ ਰਹੀ ਹੈ, ਉਹਨੂੰ ਛੱਡ ਦੇਣੀ ਚਾਹੀਦੀ ਹੈ ਕਿ ਨਹੀਂ ਛੱਡ ਦੇਣੀ ਚਾਹੀਦੀ, ਆਪਾਂ ਗੱਲ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹਨੂੰ ਕੀ ਲੱਗਦਾ ਜੀ? ਸਾਨੂੰ ਜੰਗਾਂ ਲਾ ਲੈਣਾ ਨਾਲ, ਇਹ ਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਖਾ ਰਹੇ ਹੈ ਲੜਕੇ, ਇਹਨਾਂ ਨੂੰ ਛੱਡਣਾ ਚਾਹੀਦਾ ਹੈ, ਬਸ ਅਸੀਂ ਕੋਈ ਚੰਗੇ ਨਹੀਂ ਲੱਗਦੇ। ਸਾਨੂੰ ਸਰਕਾਰ ਦੇ ਇਹ ਸ਼ਰੀਰਵਾਦ ਵਾਲਿਆਂ ਨੇ ਬਿਠਾਇਆ, ਲੋਕਾਂ ਨੂੰ ਕਹਾ, ਕਿੰਨੇ ਲੋਕਾਂ ਨੂੰ ਬਿਠਾਇਆ, ਦਿੱਲੀ ਦੇ ਸਰਕਾਰ ਦੇ ਇਹਨਾਂ ਨੇ ਬਿਠਾਇਆ, ਸਾਨੂੰ ਕੋਈ ਲੋੜ ਨਹੀਂ ਇਹਨਾਂ ਦੀ। ਉਹ ਤਾਂ ਕਹਿੰਦੇ ਅਸੀਂ ਅਸਤੀਫਾ ਦੇ ਤਾਂ ਸਰਕਾਰ ਹੀ ਛੱਡਤੀ ਸੀ, ਅਸਤੀਫਾ ਕਰ ਦਿੱਤੇ ਸਾਰੇ ਇੱਕ ਕੋਈ ਇੱਕ ਗੱਲ ਵਿੱਚੋਂ ਇੱਕੋ ਹੀ ਹੈ, ਕੋਈ ਇਹਨਾਂ ਦੀ ਸੇਵਾ ਨਹੀਂ, ਉੱਤੋਂ ਤੋਂ ਸੇਵਾ ਲੋਕਾਂ ਤੋਂ ਅੰਨੇ ਬਣਾ ਲਿਆ, ਇਹ ਚੰਗੇ ਨਹੀਂ ਬਸ। ਉਹ ਕਹਿੰਦੇ ਖੇਤਰੀ ਪਾਰਟੀ ਬਿਨਾਂ ਕੋਈ ਹੱਲ ਨਹੀਂ, ਦੂਜੀਆਂ ਤਾਂ ਦਿੱਲੀ ਦੀਆਂ ਪਾਰਟੀਆਂ ਉਹ ਪੰਜਾਬ ਦੀ ਗੱਲ ਨਹੀਂ ਕਰਦੀਆਂ, ਇਹ ਖੇਤਾਂ ਕਦੇ ਲੋਕਾਂ ਦੇ ਕਦੇ ਝਾਕਦੇ ਨਹੀਂ, ਇਹਨੇ ਆਪਦੀ ਮਾਇਆ ਕਰਨੀ ਅਤੇ ਪੰਡਾਂ ਕਰਨੀ ਉਹਨੇ ਜਾਂਦੇ, ਇਹਨਾਂ ਦੀ ਲੜਾਈ ਕੋਈ ਨਹੀਂ, ਲੜਾਈ ਇਹਨਾਂ ਦੀ ਜੋ ਸਾਥੋਂ ਰਾਜ ਨਾ ਖੁਸ਼ ਸੀ, ਰਾਜ ਖੁਸਰਿਆ ਖੁਸਰਿਆ ਇਹਨਾਂ ਨੇ ਚੰਗਾ ਕੰਮ ਹੀ ਨਹੀਂ ਕੀਤਾ, ਨੇ ਕਿੰਨਾ ਜਿਹਾ ਰਾਜ ਕਰਦਾ, ਵੱਡੇ ਬਾਰੇ ਜ਼ਰੂਰ ਕੰਮ ਕੀਤਾ, ਇਹਨਾਂ ਨੇ ਸ਼ੀਖ ਬਾਰੇ 'ਚ ਕੋਈ ਕੰਮ ਨਹੀਂ ਕੀਤਾ, ਇਹਦੇ ਘਰ ਰਾਜ ਨੇ ਲੋਕਾਂ ਨੂੰ ਸੜਕਾਂ 'ਤੇ ਬਿਠਾ ਲਾ ਉਹ ਦਿੱਲੀ ਜਾ। ਅਤੇ ਬਾਈ ਜੀ, ਲੱਗਦਾ ਵੀ ਵੱਡੇ ਬਾਲ ਸਾਹਿਬ ਤੋਂ ਬਾਅਦ ਉਹਨਾਂ ਸੁਖਬੀਰ ਸਿੰਘ ਬਾਦਲ 'ਚ ਯੋਗਤਾ ਹੈਗੀ ਹੈ ਕਿ ਹੈ ਨਹੀਂ ਵੀ ਉਹ ਪਾਰਟੀ ਨੂੰ ਚਲਾ ਸਕਦੇ? ਨਹੀਂ ਚਲਾ ਸਕਦਾ, ਉਹਨਾਂ ਦੀ ਬੋਲੀ ਉਡਾਕ ਆ ਬੋਲੀ, ਜਿਹੜਾ ਬਾਦਲ ਵੱਡਾ ਸੀ ਉਹਦੇ ਵੀ ਬੋਲਣ ਦਾ ਫਰਕ ਸੀਗਾ, ਇਹਦਾ ਦਿਨ ਰਾਤ ਦਾ ਫਰਕ ਹੈ, ਇਹਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਮੂੰਹੋਂ ਕੀ ਕੱਢਣਾ, ਅਤੇ ਉਹ ਤਾਂ ਗੁੱਸੇ ਕਿੱਡਾ ਹੀ ਬੰਦਾ ਗੁੱਸੇ ਹੁੰਦਾ ਸੀ, ਬਾਦਲ ਸਾਹਿਬ ਤਾਂ ਜੱਫੀ ਪਾ ਕੇ ਮਿਲਾ ਲੈ ਉਹਦੇ ਮਿਲਾ ਲੈਂਦੇ ਸੀ, ਇਹਨਾਂ ਦੇ ਉਹਦੇ ਬੋਲੀ ਦਾ ਬਹੁਤ ਜ਼ਿਆਦਾ ਫਰਕ ਹੈ। ਤਾਂ ਹੀ ਲੀਡਰ ਇੰਨੇ ਰੁੱਸੀ ਜਾਂਦੇ, ਇੰਨੇ ਜਣੇ ਰੁੱਸ ਗਏ ਉਹਦੇ ਤੋਂ। ਫਿਰ ਇੱਕ ਗੱਲ ਹੋਰ ਹੈ ਵੀ ਇੰਨਾ ਚਿਰ ਚਲੋ ਉਹਨਾਂ ਨੇ ਪ੍ਰਧਾਨਗੀ ਕਰ ਲਈ, ਕਿਹੜਾ ਛੱਡ ਦੇਣੀ ਚਾਹੀਦੀ ਹੈ, ਦੇਖ ਲੈਣ ਦੂਜਿਆਂ ਨੂੰ ਕਰਕੇ, ਇਹਨੂੰ ਸੁੱਖੀ ਤਾਂ ਨਹੀਂ ਵੀ ਮੈਂ ਹੀ ਕਰਨੀ ਸਾਰੀ ਉਮਰ। ਜਦੋਂ ਘਰ 'ਚ ਕਲੇਸ਼ ਪੈ ਜਾਵੇ ਫਿਰ ਕਲੇਸ਼ ਨੂੰ ਨਿਬੇੜਨਾ ਚਾਹੀਦਾ, ਹੈਂ, ਜਿਹੜਾ ਆਗੂ ਬੰਦਾ ਆਉਂਦਾ ਉਸੇ ਦਾ ਤਿਆਰ ਹੁੰਦਾ ਵੀ ਚਲੋ ਮੈਂ ਛੱਡ ਦਿੰਦਾ ਤੁਸੀਂ ਸਾਂਭੋ। ਪਾਰਟੀ ਦੇ ਇੰਨੇ ਮਾੜੇ ਹਾਲਾਤ ਹੋ ਗਏ, ਤਿੰਨ ਉਹਦੇ 'ਚ ਰਹਿ ਗਈ,
ਜਿਹੜੀਆਂ ਵਿਧਾਨ ਸਭਾ ਦੀਆਂ 2022 'ਚ ਚੋਣਾਂ ਹੋਈਆਂ, 3 ਸੀਟਾਂ ਹੀ ਆਈਆਂ ਅਤੇ ਫਿਰ ਹੁਣ ਇਹਦੇ 'ਚ 1 ਸੀਟ ਹੀ ਆਈ ਆਪਣੀਆਂ ਲੋਕ ਸਭਾ ਦੀਆਂ ਚੋਣਾਂ 'ਚ। ਬਹੁਤ ਮਾੜੇ ਹਾਲਾਤ ਹੋ ਗਏ ਨੇ। ਅਕਾਲੀ ਦਲ ਕਹਿੰਦੇ ਸੀ ਵੀ ਪਿੰਡਾਂ 'ਚ ਤਾਂ ਇਸ ਤਰੀਕੇ ਨਾਲ ਵੀ ਅਕਾਲੀ ਦਲ ਦਾ ਜੇਕਰ ਉਮੀਦਵਾਰ ਹਾਰ ਜਾਂਦਾ ਸੀ ਪਹਿਲਾਂ ਤਾਂ ਉਹ ਰੋਕ ਰੋਟੀ ਨਹੀਂ ਖਾਂਦੇ ਸੀ। ਜੇ ਗਾਂਹ ਨੂੰ ਜਿਹਨਾਂ ਦੇ ਇਹੀ ਹਾਲਾਤ ਰਹੇ ਤਾਂ ਇਹਨਾਂ ਨੂੰ 1 ਸੀਟ ਵੀ ਨਹੀਂ ਆਉਣੀ, ਕਹਿੰਦੇ ਨਾ ਹੀ ਨਹੀਂ ਲੈਣਾ ਅਕਾਲੀ ਦਲ ਦਾ। ਜਿਹਨਾਂ ਦਾ ਆਪਦਾ ਕਲੇਸ਼ ਐਵੇਂ ਰਿਹਾ ਨਾ, ਇਹਨਾਂ ਨੂੰ ਗਾਂਹ ਨੂੰ 1 ਸੀਟ ਵੀ ਨਹੀਂ ਆਉਣੀ। ਅੱਜ ਕੱਲ੍ਹ ਪਰਸੋਂ ਜਾ ਕੇ ਉਹਨਾਂ ਨੇ ਜਿਹੜੇ ਚੰਦੂ ਮਾਜਰੇ ਹੋ ਰਿਸ਼ੀ ਮਲੂਕਾ ਸਾਹਿਬ ਅਤੇ ਕੀ ਨਾਮ ਦੇ ਚਰਨਜੀਤ ਸਿੰਘ ਬਰਾੜ, ਉਹਨਾਂ ਨੇ ਜਾ ਕੇ ਅਕਾਲ ਤਖ਼ਤ 'ਤੇ ਮਾਫ਼ੀ ਮੰਗੀ ਵੀ ਭਾਈ ਜਿਹੜੀਆਂ ਸਾਡੇ ਤੋਂ ਗਲਤੀਆਂ ਹੋ ਗਈਆਂ ਵੀ ਮਾਫ਼ ਕਰ ਦਿਓ, ਅਤੇ ਸੁਖਬੀਰ ਬਾਦਲ ਤੋਂ ਕਹਿੰਦੇ ਵੀ ਪ੍ਰਧਾਨਗੀ ਵਾਪਸ ਲੈ ਲਈਏ। ਮਲੂਕਾ ਤਾਂ ਪਹਿਲਾਂ ਭਾਜਪਾ ਉਜਾੜੇ, ਹੁਣ ਉਹਨੂੰ ਐਂ ਪਤਾ ਲੱਗ ਗਿਆ ਵੀ ਮੈਂ ਕਲੇਸ਼ ਪਿਆ, ਹੁਣੀ ਪ੍ਰਧਾਨਗੀ ਮੈਨੂੰ ਮਿਲਜੂ, ਫਿਰ ਇੱਧਰ ਆ ਗਿਆ ਭੱਜ ਕੇ। ਇਹ ਤਾਂ ਰਸਤਾ ਕਰਦੇ ਲੋਕ ਫਾਇਦਾ, ਹੁਣ ਤਾਂ ਪ੍ਰਧਾਨਗੀ ਦੇ ਮਾਰੇ ਫਿਰਦੇ ਆ। ਮਲੂਕੇ ਨੂੰ ਆਈਏ ਮੈਨੂੰ ਬਣਾ ਦੇਣਗੇ, ਭਾਜਪਾ ਜੋ ਫਿਰ ਹੁਣ ਇੱਧਰ ਆ ਗਿਆ ਕਿ ਮਾਫ਼ੀ ਮੰਗ ਲਈ। ਦੱਸੋ ਲੀਡਰੀ ਦੇ ਭੁੱਖੇ ਹੈ। ਬੇਅਦਬੀ ਲੱਗਦਾ ਵੀ ਬਹੁਤ ਵੱਡਾ ਉਹਨਾਂ 'ਤੇ ਰਿਹਾ ਵੀ ਇਲਜ਼ਾਮ ਉਹਨਾਂ ਦੀ ਸਰਕਾਰ ਦਾ ਜਾਂ ਪਾਰਟੀ ਦੇ ਇੰਨੇ ਮਾੜੇ ਹਾਲਾਤ ਹੋਣ ਦਾ, ਬੇਅਦਬੀ ਦਾ ਮਸਲਾ? ਬੇਅਦਬੀ ਤਾਂ ਹੁਣ ਦੱਸੀ ਜਾਂਦੀ ਹੈ, ਇਹ ਤਾਂ ਲੋਕਾਂ ਨੂੰ ਵੀ ਪਤਾ, ਸਾਰਿਆਂ ਨੂੰ ਪਤਾ ਵੀ ਕਿੰਨੀ ਕਿਹਨਾਂ ਦਾ ਹੋਇਆ। ਅਕਾਲੀ ਦਲ ਦੇ ਇੰਨੇ ਮਾੜੇ ਹਾਲਾਤਾਂ ਦਾ ਤੁਹਾਨੂੰ ਕੀ ਲੱਗਦਾ ਜੀ, ਕੀ ਕਾਰਨ ਹੈ? ਮੈਨੂੰ ਤਾਂ ਕੀ ਪਤਾ, ਅਕਾਲੀਆਂ ਨੂੰ ਪੁੱਛ ਰਿਹਾ, ਇਹਨੂੰ ਪੁੱਛ ਹੈਂ, ਇਹ ਅਸੀਂ ਇਹਨਾਂ ਨੂੰ ਆਖਾਂਗੇ, ਇਹ ਆਖਣਗੇ ਜਾਣ ਕੇ ਆਦੇ ਇਹ। ਨਹੀਂ ਚਲੋ, ਆਪਾਂ ਤਾਂ ਇੱਕ ਸਰਸਰੀ ਇੱਕ ਗੱਲ ਇੱਕ ਇੱਕ ਗੱਲ ਕਰਦੇ ਹਾਂ ਵੀ ਪਾਰਟੀ 'ਚ ਕਲੇਸ਼ ਹੋ ਗਿਆ, ਪਾਰਟੀ ਜਿਹੜੀ ਪੰਜਾਬ ਦੀ ਇੱਕੋ ਹੀ ਪਾਰਟੀ ਆ ਖੇਤਰੀ ਪਾਰਟੀ, ਕਹਿੰਦੀ ਆ ਵੀ ਖੇਤਰੀ ਪਾਰਟੀ ਦੇ ਜੇਕਰ ਨਾ ਮਜ਼ਬੂਤ ਹੋਊਗੀ ਤਾਂ ਪੰਜਾਬ ਦੀ ਕੋਈ ਗੱਲ ਵਧੀਆ ਨਹੀਂ ਕਰ ਸਕਦਾ। ਉਸ ਕਰਕੇ ਆਪਾਂ ਗੱਲ ਕਰਦੇ ਹਾਂ ਵੀ ਖੇਤਰੀ ਪਾਰਟੀ ਕਿੰਨਾ ਕੁ ਜ਼ਰੂਰੀ ਹੈ ਅਤੇ ਅਕਾਲੀ ਦਲ ਕਿੰਨਾ ਕੁ ਉੱਠਣਾ ਜ਼ਰੂਰੀ ਆ ਪੰਜਾਬ ਦੇ ਲੋਕਾਂ ਲਈ। ਨਹੀਂ ਉੱਠਦਾ ਹੁਣ ਇਹ ਕਦਮ, ਪਰਮਾਤਮਾ ਨੇ ਕਰਤਾ ਕੰਮ, ਬੇਅਬਦੀ ਕਰਾਤੀ ਪਰਮਾਤਮਾ ਦੀ, ਇਹ ਆਪ ਹੀ ਆਖਿਆ ਜੇ ਅਸੀਂ ਕਰਾਈਏ ਤਾਂ ਮਹਾਰਾਜ ਸਮਝੇ, ਉਹ ਮਹਾਰਾਜ ਨੇ ਕਰਤਾ ਕੰਮ, ਜਿਹੜਾ ਕੰਮ ਬੇਅਬਦੀ ਹੋ ਗਈ ਕਰਿਆ, ਇਹਨਾਂ ਨੇ ਡੱਕਾ ਨਹੀਂ ਬੰਦਾ ਨਹੀਂ ਫੜਿਆ, ਬੰਦਾ ਸੱਚੇ ਸੌਦੇ ਦੇ ਸੀ, ਉਹਨੂੰ ਇਹ ਮੂਹਰੇ ਰੱਖਦੇ ਆ ਅਤੇ ਫੜਨ ਕਿਹਨੂੰ? ਹੋਰ ਤਾਂ ਹੁਣ ਜ਼ਮੀਨਦਾਰ ਕੁੱਟਦੇ ਉੱਤੇ ਨਵੇਂ ਮੁੰਡੇ ਜੇ ਫੜ ਕੇ ਉਹਨਾਂ ਦੀਆਂ ਲੱਤਾਂ ਤੋੜਤੀਆਂ ਮਸਾਂ ਵਿੱਚ, ਉਹ ਛੜਾਏ ਇੰਨਾ। ਇਹ ਹੁਣ ਨਾ ਕੋਈ ਨਵਾਂ ਬਣ ਜੇ ਪ੍ਰਧਾਨ ਤਾਂ ਮੈਂ ਸਮਝ ਰਿਹਾ ਵੀ ਕੋਈ ਬਦਲ ਚ, ਮਤਲਬ ਸੁਖਬੀਰ ਸਿੰਘ ਬਾਦਲ ਛੱਡ ਦੇ ਅਕਾਲੀ ਦਲ, ਫਿਰ ਅਕਾਲੀ ਦਲ ਖੜਾ ਹੋ ਜਾਊ, ਖਤਮ ਆਏ ਦਾ ਕੰਮ। ਇਹ ਸੁੱਖੇ ਦਾ ਡੱਕਿਆ ਆਖੀ ਜਾਵੇ, ਫਰੀਦਕੋਟ ਦਾ ਇਲਾਕਾ ਬਹੁਤ ਵਧੀਆ ਹੁੰਦਾ ਸੀ ਇੱਧਰ ਜਲੰਧਰ ਜਲੰਧਰ ਖੜ ਪਿੱਸਦਾ ਬੋਲੀ, ਇਹਨੂੰ ਬੋਲਣ ਦਾ ਤਾਂ ਪਤਾ ਹੈਂ, ਇਹ ਕੀ ਕਰੂਗਾ ਪ੍ਰਧਾਨ ਕੀ, ਨਾ ਇਹਨੂੰ ਰੱਬ ਵਾਸਤੇ ਪਤਾ। ਆ ਹੁਣ ਭਗਵੰਤ ਮਾਨ ਵਾਲਾ ਉਵੇਂ ਆਪ ਕੇਰਾਂ ਹੀ ਬਣਿਆ, ਲੈ ਕਿਤੇ ਗ੍ਰੰਥ 'ਚ ਗੱਲਾਂ ਕਰ ਲਾ ਉੱਥੋਂ ਕਰ ਦਿੰਦਾ, ਇਹਨੂੰ ਕੀ ਪਤਾ ਸੁੱਖੇ ਦਾ ਡੱਕਿਆ ਕਿੱਥੋਂ ਟੋਕਣੀਆਂ। ਭਗਵੰਤ ਮਾਨ ਤਾਂ ਹੁਣ ਕੱਲ੍ਹ ਚੰਡੀਗੜ੍ਹ ਦੇ ਸਪੈਲਿੰਗ ਹੀ ਗਲਤ ਦੱਸੀ ਜਾਂਦਾ ਸੀ ਆਪ ਹੀ, ਹੁਣ ਉਹ ਤਾਂ ਆਪਾਂ ਸੁਣਿਆ ਨਹੀਂ ਆਪਾਂ ਤਾਂ। ਅਤੇ ਬੇਅਦਬੀ ਦੀ ਗੱਲ ਆਪਾਂ ਜੇ ਕਰੀਏ ਤਾਂ ਇਹਨਾਂ ਨੇ ਅੱਜ ਵਾਲੀਆਂ ਸਰਕਾਰਾਂ ਨੇ ਵੀ ਬੇਅਦਬੀ ਵਾਸਤੇ ਕੋਈ ਵੀ ਬੰਦਾ ਫੜਿਆ ਨਹੀਂ। ਮਾੜੀ ਆ, ਅਸੀਂ ਹੁਣ ਸਿੱਖ ਹਾਂ, ਅਸੀਂ ਜੇ ਮਹਾਰਾਜ ਨੂੰ ਜਾ ਕੇ ਉੱਥੇ ਗਲਤ ਕਰੀਏ ਤਾਂ ਸਾਡੇ ਬਾਰੇ ਮਾੜੀ ਹੈ, ਉਹਨਾਂ ਬਾਰੇ ਮਾੜੀ ਹੈ, ਹੋਰ ਕੋਈ ਕਰੀ ਜਾਵੇ ਲੱਖਾਂ। ਸਾਰਾ ਪਤਾ ਸੀ ਬੇਅਦਬੀ ਕਿਹਨੇ ਕੀਤੀ ਹੈ, ਕਿਹਨੇ ਕਰਾਈ ਹੈ, ਸਾਰਿਆਂ ਨੂੰ ਪੂਰਾ ਪੂਰਾ ਪਤਾ ਸੀ, ਇਹਨਾਂ ਦੇ ਹੀ ਬੰਦੇ ਸੀ, ਇਹਨਾਂ ਨੇ ਫੜਨਾ ਸੀ, ਸਾਰਾ ਕੁਝ ਪਤਾ ਇਹਨਾਂ ਨੂੰ। ਲੈਣ 'ਤੇ ਬੈਠੇ ਸੀ ਕਿਸਾਨ, ਮੋਦੀ ਵਾਲਾ ਜਾਂਦਾ ਠਾ ਦੇ ਅਤੇ ਨਹੀਂ ਰਾਜ ਛੱਡਦੇ, ਇਹਨੇ ਆਖਿਆ ਵੀ ਇੱਧਰ ਮਾੜਾ ਜਿਹਾ ਇੱਧਰ ਕਾਗਜ਼ ਪਾੜ ਦਿੰਦੇ ਮਹਾਰਾਜ ਦੇ
ਲੋਕ ਇੱਧਰ ਚੁੰਬੜ ਜਾਣਗੇ। ਉਹੀ ਗੱਲ ਹੋਈ, ਉਹ ਕੋਰਟ ਇੱਥੇ ਆ ਕੇ ਬਹਿ ਗਏ, ਲਾਲਾ ਲਾਲਾ ਇੱਧਰ ਹੋ ਗਈ, ਉਹ ਉੱਧਰੋਂ ਛੱਡਤੀ ਗੱਡੀ, ਉਹਦੀ ਉਹ ਵੱਜ ਗਿਆ ਰਾਜ। ਆਹ ਹੀ ਗੱਲ ਹੋਈ, ਇਹ ਤਾਂ ਅਨਪੜ੍ਹਾਂ ਨੂੰ ਪਤਾ, ਉਦੋਂ ਬਾਅਦ ਪੜ੍ਹੇ ਗੁਣੇ ਤੁਹਾਨੂੰ ਸਾਰਾ ਪਤਾ, ਪਿੰਡਾਂ 'ਚ ਤੁਹਾਨੂੰ ਪਤਾ ਜੀ ਕਿਹੋ ਜਿਹੇ ਹਾਲਾਤ ਹੈ ਅਕਾਲੀ ਦਲ ਦੇ। ਗਾਂਹ ਨੂੰ ਵੀ ਜੇ ਇਹ ਅੱਗੇ ਵੀ ਤੁਹਾਨੂੰ ਕਹਿ ਕੇ ਹਟੇ ਆ ਵੀ ਜੇ ਇਹਨਾਂ ਦਾ ਆਹੀ ਕੰਮ ਰਿਹਾ ਇਦੋਂ ਵੀ ਮਾੜੇ ਹੋ ਜਾਣਗੇ, ਇਹਨਾਂ ਨੂੰ ਲੋਕਾਂ ਨੇ ਪੁੱਛਣਾ ਹੀ ਨਹੀਂ। ਕੋਈ ਜਿੱਤ ਆ ਥੋੜ੍ਹੀ, ਜਿੱਤ ਜੁੱਤ ਨਹੀਂ ਗਈ, ਜਾਂ ਸਹੁੰ ਪਾ ਦੇ ਕੋਠਾ ਭਰ ਕੇ ਸਿਰ ਤਾਂ ਪੈਸਿਆਂ ਦਾ ਮਸਾਂ ਜਿੱਤਿਆ, ਉਹ ਨੰਗ ਬੰਦਾ ਢੂਹੀ ਤੋੜਤੀ ਉਹਨੇ, ਉੱਤੇ ਚੜ੍ਹਦਾ ਤੁਰਿਆ ਆ, ਉਹਨੇ ਪੰਜੀ ਨਹੀਂ ਲਾਈ। ਅਤੇ ਇਹਨਾਂ ਨੂੰ ਆਪ ਵੀ ਪਤਾ ਵੀ ਜਿੱਤੀ ਨਹੀਂ, ਹਰੇ ਆਏ, ਜਿੱਤੀ ਜੁੱਤੀ ਮਤਲਬ ਨਹੀਂ ਕੋਈ ਇਹਦੇ 'ਚ, ਹਰ ਗਏ। ਮੈਂ ਕਰੋੜਾਂ ਲਾਈ ਜਾਂਦਾ, ਤੂੰ ਕੱਖ ਨਹੀਂ ਲਾਉਂਦਾ, ਜਿੱਤਿਆ ਤਾਂ ਤੂੰ ਆ, ਠੀਕ ਹੈ। ਐਂ ਹੁੰਦਾ ਇਹ ਜਿਹਨੂੰ ਲੋਕ ਚੰਗਾ ਸਮਝਦੇ ਆ। ਆਹ ਲੋਕਾਂ ਨੇ ਇੱਥੇ ਗੰਨੇ ਵਾਲਾ 'ਚ ਘੰਟੇ 'ਚ ਜਿਤਾ ਤਾ ਲੈ, ਦੱਸ ਹੈਂ, ਤੂੰ ਉਹਨੂੰ ਨਾ ਜਿਤਾਇਆ, ਜੇ ਉਹਦੇ ਮੁਕਾਬਲੇ 'ਤੇ ਇਹ ਗੰਨੇ ਵਾਲਾਂ ਦਾ ਧੂਹੀ ਉਹਦੀ ਤੋੜ ਦਿੰਦਾ ਤੈਨੂੰ ਤਾਂ। ਆਹੀ ਆ ਉਹ ਗੱਲ, ਉਹ ਅਕਾਲੀ ਤੋਂ ਉਹ ਪਰਾਂ ਬੈਠਾ ਅਕਾਲੀ। ਆਪਾਂ ਚਲੋ ਦੂਜੇ ਪਾਸੇ ਵੀ ਆਪਾਂ ਬਾਈਆਂ ਨਾਲ ਗੱਲ ਕਰਦੇ ਹਾਂ। ਅਤੇ ਵੈਸੇ ਜੇ ਆਪਾਂ ਸਰਸਰੀ ਗੱਲ ਕਰੀਏ ਤਾਂ ਵੀ ਬਾਈ ਜੀ ਵੀ ਅਕਾਲੀ ਦਲ ਕੀ ਕਰੇ, ਜਿਹੜਾ ਵੀ ਅਕਾਲੀ ਦਲ ਪਿੰਡਾਂ 'ਚ ਫਿਰ ਉਹੀ ਜਿਹੜਾ ਆਪਦਾ ਆਧਾਰ ਕਰ ਸਕਦਾ, ਉਹਨੂੰ ਪੁੱਛ ਬਾਈ। ਮੈਂ ਕੀ ਕਹਿ ਸਕਦਾ, ਮੈਂ ਤਾਂ ਆਪ ਨੂੰ ਗੰਨੇ ਨੂੰ ਪਾਈ ਹੈ ਵੋਟ। ਚਲੋ ਉਹ ਤਾਂ ਠੀਕ ਹੈ, ਜੋ ਪਾਰਟੀ ਆਪਾਂ ਤਾਂ ਵੈਸੇ ਗੱਲ ਕਰਦੇ ਹਾਂ, ਉਹ ਤਾਂ ਤੁਹਾਡਾ ਅਧਿਕਾਰ ਹੈ, ਤੁਸੀਂ ਕਿਸੇ ਨੂੰ ਉਹ ਸਾਰੇ ਇਹਦੇ ਆ ਵੀ ਤੂੰ ਭਾਈ ਪ੍ਰਧਾਨਗੀ ਛੱਡ ਦੇ ਅਤੇ ਸਰਬਸੰਮਤੀ ਨਾਲ ਇੱਕ ਪ੍ਰਧਾਨ ਚੁੱਕ ਲੈਣ ਅਤੇ ਆਪੇ ਪਾਰਟੀ ਪੈਰਾਂ 'ਤੇ ਖੜ੍ਹੀ ਹੋ ਜੂਗੀ, ਇਕੱਠੇ ਹੋ ਜਾਣਗੇ, ਕੋਈ ਵੱਡੀ ਗੱਲ ਨਹੀਂ। ਪੰਜਾਬ ਦੇ ਵਿੱਚ ਅਕਾਲੀ ਪਾਰਟੀ ਐਸੀ ਗੱਲ ਨਹੀਂ ਵੀ ਜਮ੍ਹਾਂ ਹੀ ਖਤਮ ਹੋਜੂ, ਇਹ ਗੱਲ ਨਹੀਂ ਗੀ, ਹੋ ਸਕਦੀ ਆ, ਕੋਈ ਵੱਡੀ ਗੱਲ ਨਹੀਂ ਗੀ, ਪਰ ਏਕਾ ਕਰਕੇ ਅਤੇ ਜੇ ਮਤਲਬ ਵੀ ਪਾੜੋ ਧੜ ਰਹੀ ਅੱਡੋ ਅੱਡੀ ਵੀ ਪ੍ਰਧਾਨਗੀਆਂ ਨੂੰ ਚਿੰਬੜੇ ਰਹੇ, ਹੁਣ ਮਲੂਕਾ ਜੇ ਆਖੀਏ ਵੀ ਮਲੂਕਾ ਅਕਾਲੀ ਆ, ਉਹ ਅਕਾਲੀ ਹੈ ਹੈਂ, ਜਨ ਸਿੰਘ ਦੇ ਮਗਰ ਲੈ ਕੇ ਉਹ ਸਿਮਰਤ ਕੌਰ ਨੂੰ ਹਰਾਉਣ 'ਤੇ ਜ਼ੋਰ ਲਾਇਆ ਉਹਨੇ ਪੂਰਾ, ਉਹ ਕਾਹਲੀ ਖਾਊਗਾ। ਇਹੋ ਜਿਹੇ ਲੋਕ ਜਦੋਂ ਐਂ ਹੋ ਗਏ, ਪਾਟੋ ਧੜ ਹੋ ਗਈ ਤਾਂ ਫਿਰ ਬੁਰਾ ਹਾਲ ਹੁੰਦਾ ਹੀ ਆ, ਜਿਹੜੇ ਘਰ ਦੇ ਵਿੱਚ ਕਲੇਸ਼ ਪਏ ਜੇ ਘਰ ਦਾ ਮੰਦਾ ਹਾਲ ਹੋ ਜਾਂਦਾ, ਇਹ ਤਾਂ ਪਾਰਟੀ ਹੈ ਪੰਜਾਬ ਲੈਵਲ 'ਤੇ, ਹਾਂ ਏਕਾ ਕਰ ਲੈਣ ਅਤੇ ਸਾਰਾ ਕੁਛ। ਸੁਖਬੀਰ ਬਾਦਲ ਦਾ ਖਾਸਮ ਖਾਸ ਸੀਗਾ ਚਰਨਜੀਤ ਬਰਾੜ, ਉਹ ਕਹਿੰਦਾ ਵੀ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਦੇ ਖਿਲਾਫ਼ ਨਹੀਂ ਬੰਦਾ ਖੜ੍ਹਾ ਕਰਨਾ ਚਾਹੀਦਾ, ਸਰਬਜੀਤ ਸਿੰਘ ਖਾਲਸਾ ਦੇ ਖੜ੍ਹਾ ਨਹੀਂ ਕਰਨਾ ਚਾਹੀਦਾ। ਐਂ ਨਾ ਵੀ ਨਾ ਇਹਨਾਂ ਨੇ ਦੋ ਚੀਟਾਂ 'ਤੇ ਅੰਮ੍ਰਿਤਪਾਲ 'ਤੇ ਇੱਥੇ ਜੈਤੋ 'ਤੇ, ਜਦੋਂ ਪੰਜਾਬ ਦੇ ਹਾਲਾਤ ਹੀ ਉਹਨਾਂ ਨੇ ਵੇਖ ਲਏ ਸੀਗੇ ਵੀ ਮੁਲਕ ਉਲਟ ਪਿਆ ਨਾ ਨਹੀਂ, ਅਤੇ ਉਹ ਆਪਦੇ ਬੰਦੇ ਖੜ੍ਹੇ ਨਾ ਕਰਦੇ, ਹੋ ਸਕਦਾ ਵੀ ਇੱਦੋਂ ਉਹਨਾਂ ਦੀ ਹੋਰ ਤਕੜੀ ਤਾਕਤ ਵੱਧ ਜਾਂਦੀ, ਅਕਾਲੀ ਦਲ ਦੀ ਵੱਧ ਜਾਂਦੀ 100% ਵੱਧਦੀ ਤਾਕਤ। ਅਤੇ ਹੁਣ ਤਾਂ ਫਿਰ ਤੈਨੂੰ ਪਤਾ ਹੀ ਆ ਵੀ ਹੁਣ ਅਗਲਾ ਪਤਨ ਵੇਖ ਕੇ ਖੜਨਗੇ, ਹੁਣ ਹੋ ਜੂਗਾ ਲੋੜ ਜੇ ਏਕਾ ਕਰ ਲਿਆ ਪ੍ਰਧਾਨਗੀ ਬਦਲਤੀ, ਅਤੇ ਨਹੀਂ ਫਿਰ ਕਿਸੇ ਦਾ ਜਾਂਦਾ ਹੀ ਆ ਬਸ। ਸਾਡੇ ਹੱਕ 'ਤੇ ਤਾਂ ਉਹਨਾਂ ਨੇ ਕੀ ਬਣਾਉਣਾ ਹੈ, ਅਸੀਂ ਤਾਂ ਸਿਰਫ ਲੋਕਾਂ ਦੀ ਰਾਏ ਜਾਣਨੀ ਆ। ਅਤੇ ਤੁਹਾਨੂੰ ਕੀ ਲੱਗਦਾ ਜੀ? ਆਪਾਂ ਨਹੀਂ ਬੋਲਦਾ, ਤੇ ਬਲੱਡ ਹੈ। ਵੈਸੇ ਹੀ ਇੱਕ ਸਰਸਰੀ ਗੱਲ ਹੈ ਵੀ ਪੰਜਾਬ ਦੇ ਆਪਾਂ ਜੇ ਕਹੀਏ ਪੰਜਾਬ ਦੇ ਹਿੱਤਾਂ ਲਈ ਵੀ ਇੱਕ ਖੇਤਰੀ ਪਾਰਟੀ ਚਾਹੀਦੀ ਹੈ, ਖੇਤਰੀ ਪਾਰਟੀ ਦਾ ਪੰਜਾਬ ਦੀ ਦਾ ਹਾਲਾਤ ਮਾੜੇ ਆ, ਉਹ ਕੀ ਲੱਗਦਾ ਵੀ ਕੀ ਹੋਵੇ ਵੀ ਜਿਹੜਾ ਚੰਗਾ ਹੋਵੇ? ਪਾਰਟੀ ਪੰਜਾਬ ਦਾ ਤਾਂ ਕੋਈ ਵੀ ਨਹੀਂ ਫਿਰ ਫਾਇਦਾ ਕਰਦੀ, ਸਹੀ ਪੁੱਛੀਏ ਤਾਂ ਨਾ ਕਿਸਾਨਾਂ ਦਾ ਕੋਈ ਫਾਇਦਾ ਕਰਦੀ ਹੈ, ਨਾ ਕਿਸੇ ਹੋਰ ਕੌਮ ਦਾ ਕਰਦੀ ਹੈ, ਕਹੀਂ ਦੀ ਬਹੁਤ ਕੁਛ ਆ, ਕਮਾਉਂਦੀ ਕੁਛ ਹੋਰ ਹੈ।
ਕਹਿੰਦੇ ਹੋਰ ਹੈ ਪੰਜਾਬ ਦੇ ਉਲਟ ਚੱਲ ਜਾਂਦੇ ਹਾਂ, ਕਮਾਉਂਦੇ ਹੋਰ ਹੈ, ਕਹਿੰਦੇ ਕੁਛ ਹੋਰ ਹੈ, ਹਾਂ ਇੰਨੀਆਂ ਗੱਲਾਂ ਜੀ ਤਾਂ ਕਹਿੰਦੇ ਬਸ ਇਸੇ ਕਰਕੇ ਹਾਂ ਲੋਕਾਂ ਨੂੰ ਕਿਸੇ ਦਾ ਨਹੀਂ ਸਵਾਰਿਆ ਕਿਉਂ ਹਾਂ ਸੰਘਰਸ਼ ਕਰਨਾ ਪੈਂਦਾ ਲੋਕਾਂ ਨੂੰ ਆਪ ਸੰਘਰਸ਼ ਕਰਨਾ ਪੈਂਦਾ ਆਪਦੇ ਮੋਢੇ 'ਤੇ ਚਲਾਉਣੀ ਪੈਂਦੀ ਹੈ। ਧੰਨਵਾਦ ਜੀ। ਅਤੇ ਦੂਜੇ ਇੱਧਰਲੇ ਪਾਸੇ ਵੀ ਬੈਠੇ ਆ, ਪੰਜਾਬ ਦੇ ਹਿੱਤ ਲਈ ਖੇਤਰੀ ਪਾਰਟੀ ਦਾ ਕਿੰਨਾ ਕੁ ਜ਼ਰੂਰੀ ਹੈ ਜੀ? ਜ਼ਰੂਰੀ ਤਾਂ ਹੈਗੀ ਆ, ਜੇ ਤੁਸੀਂ ਸੁਖਬੀਰ ਬਾਰੇ ਪੁੱਛਦੇ ਆ ਇਹ ਅੱਗੇ ਮਤਲਬ ਸਾਨੂੰ ਕਿਹੜਾ ਪੁੱਛ ਕੇ ਬਣਦਾ ਸੀਗਾ ਪ੍ਰਧਾਨ, ਹੈਂ ਇਹਨਾਂ ਦੀ ਸਹਿਬ ਸ਼ਾਂਤੀ ਨਾਲ ਬਣ ਜਾਂਦਾ ਸੀਗਾ, ਅਤੇ ਹੁਣ ਇਹ ਹੁਣ ਆਪਦਾ ਜਿਵੇਂ ਮਰਜ਼ੀ ਸੂਤੇ ਬਣਾ ਲੈਣ ਬਣਾਉਣ ਕੋਈ ਸਾਡੇ ਤਾਂ ਇਉਂ ਪੰਜ ਸਾਲਾਂ ਤੋਂ ਵੋਟਾਂ ਪੈਂਦੀਆਂ ਹਰੇਕ ਚੀਜ਼ ਦੀਆਂ, ਅਤੇ ਉਹ ਪੰਜ ਸਾਲਾਂ ਤੋਂ ਬਦਲਣਾ ਚਾਹੀਦਾ ਅਤੇ ਬਦਲ ਕੇ ਹੋਰ ਬਣ ਜੇ ਬਸ, ਮਤਲਬ ਇਹ ਵੀ ਪੱਕਾ ਨਹੀਂ ਹੋਣਾ ਚਾਹੀਦਾ ਕੋਈ ਪੰਜਾਂ ਸਾਲਾਂ ਵੋਟਾਂ ਪੈਂਦੀਆਂ ਵੋਟਾਂ ਹੀ ਪਵੇ, ਇਹ ਆਪਦੀ ਚਿੱਠੀ ਦੇ ਕੇ ਤਾਂ ਬਣ ਜਾਂਦਾ ਸੀਗਾ, ਜਿੰਨਾ ਚਿਰ ਆਪਦੀ ਚੱਲਦੀ ਸੀ ਇਹਨਾਂ ਚਲਾਈ ਗਏ, ਹੁਣ ਇਹਨਾਂ ਨੂੰ ਹੁਣ ਐਂ ਹੋ ਗਿਆ ਲੋਕਾਂ ਨੂੰ ਪੁੱਛੋ ਜਾ ਕੇ ਹੁਣ ਮਤਲਬ ਕਿ ਇਹ ਛੱਡ ਦੇਣ ਤਾਂ ਚੰਗੇ ਰਹੂਗੀ ਪਾਰਟੀ, ਛੱਡਣ ਜਦੋਂ ਨਾ ਲੜਨ ਜੇ ਤਾਂ ਜਦੋਂ ਪਾਪ ਰਹੂਗਾ ਆਪੇ ਲੜੂਗਾ ਉਹ, ਵੋਟਾਂ ਪੈਣਗੀਆਂ ਫਿਰ ਹੀ ਪੈਣਗੀਆਂ, ਜੇ ਵੋਟਾਂ ਨੂੰ ਪੈਣਗੀਆਂ ਫਿਰ ਉਹ ਬਣ ਜੂਗਾ, ਵੋਟਾਂ ਨਾ ਬਣਾਉਣ ਮਤਲਬ ਇਹ ਵੀ ਇੱਕ ਪਾਰਟੀ ਵੀ ਇੱਕ ਆਪਦੇ ਵਿੱਚ ਚੋਣ ਜ਼ਰੂਰ ਇੱਕ ਉਹ ਰੱਖੇ ਵੀ ਜਿਹੜਾ ਵੋਟ ਨਾ ਬਣਨਾ ਚਾਹੀਦਾ ਵੋਟ ਨਾ ਬਣਨਾ ਚਾਹੀਦਾ ਸਾਨੂੰ, ਵੋਟਾਂ ਪਾਓ ਠੀਕ ਆ। ਤੁਹਾਨੂੰ ਕੀ ਲੱਗਦਾ ਬਾਈ ਜੀ? ਬਸ ਠੀਕ ਹੈ ਕਾਕੇ, ਸਾਰਾ ਕੁਛ ਇੰਨੇ ਬੰਦੇ ਦੱਸਦਾ ਬਸ ਠੀਕ ਹੈ। ਤੁਸੀਂ ਦੱਸੋ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਜਿਹੜੀ ਰਾਏ ਅਸੀਂ ਤੁਹਾਡੇ ਮੂਹਰੇ ਰੱਖੀ, ਤੁਸੀਂ ਜਿਹੜੇ ਦਿਲ ਐਸ ਟੀ ਵੀ ਦੇ ਨਾਲ, ਬਹੁਤ ਬਹੁਤ ਧੰਨਵਾਦ।